بسم اللہ الرحمن الرحیم السلام علیکم ਅਸੀਂ ਬੋਲਣ ਦੇ ਆ ਨੂਰੀ ਦੇ ਕਿਚਨ ਚੋਂ ਅਸੀਂ ਅੱਜ ਬਣਾਣ ਲੱਗੇ ਆ ਦੋ ਆਲੂ ਤੇ ਥੋੜੇ ਸਾਰੇ ਚਿਕਨ ਦੇ ਨਾਲ ਢੇਰ ਸਾਰੇ ਅਸੀਂ ਲੱਗੇ ਆ ਆਲੂ ਦੇ ਕਬਾਬ ਬਣਾਉਣ ਆ ਆਲੂ ਦੀਆਂ ਟਿਕੀਆਂ ਬਣਾਉਣ ਤੇ ਵੀਡੀਓ ਤੁਸਾਂ ਸਾਡੀ ਪੂਰੀ ਵੇਖਣੀ ਹੈ ਤੇ ਸਾਡੇ ਨਾਲ ਨਾਲ ਰਹਿਣਾ ਕਿਸ ਤਰ੍ਹਾਂ ਅਸੀਂ ਕਬਾਬ ਬਣਾਨੇ ਆ ਸਾਰੀਆਂ ਚੀਜ਼ਾਂ ਅਸੀਂ ਕਿਸ ਤਰ੍ਹਾਂ ਪਾਨੇ ਆ ਸਾਰਨਾ ਪਹਿਲੂ ਇੱਕ Shimla ਮਰਚ ਤੇ ਦੋ ਗਾਜਰਾ ਤੇ ਦੋ ਆਲੂ ਨੇ ਇਹਨਾਂ ਆਲੂ ਤੇ ਗਾਜਰਾ ਨੂੰ ਅਸਾਂ ਛਿੱਲ ਕੇ ਤੇ ਅਸਾਂ ਇਹਨਾਂ ਨੂੰ ਧੋ ਲਿਆ ਵੇ ਤੇ ਚਿਕਨ ਨੇ ਉਹ ਵੀ ਅਸਾਂ ਬਾਲ ਕੇ ਤੇ ਉਹਦੇ ਰੇਸ਼ੇ ਜਿਹੜੇ ਨੇ ਅਸਾਂ ਕੱਲ ਲਏ ਨੇ ਤੇ ਇੱਕ Shimla ਮਰਚੇ ਸਾਡੇ ਕੋਲ ਤੇ ਵੀਡੀਓ ਤੁਸੀਂ ਸਾਡੀ ਪੂਰੀ ਵੇਖਣੀ ਹੈ ਤੇ ਫਿਰ ਵੇਖਣਾ ਹੈ ਕਿ ਸਾਡੇ ਅਸੀਂ ਕਬਾਬ ਜਿਹੜੇ ਨੇ ਅਸੀਂ ਕਿਸਨਾ ਬਣਾਨੇ ਆ ਮਜ਼ੇ ਦੇ ਫਟਾਫਟ ਕੋਈ ਅਚਾਨਕ ਮਹਿਮਾਨ ਆ ਜਾਣ ਤੇ ਘਰ ਦੇ ਵਿੱਚ ਮੌਜੂਦ ਚੀਜ਼ਾਂ ਦੇ ਨਾਲ ਜਿਹੜੇ ਨੇ ਅਸੀਂ ਆਲੂ ਤੇ ਚਿਕਨ ਦੇ ਇੱਕ ਬਾਬ ਜਿਹੜੇ ਨੇ ਮਜ਼ੇਦਾਰ ਅਸੀਂ ਬਣਾਨੇ ਆ ਸ਼ਿਮਲਾ ਮਰਚ ਦੇ ਅਸੀਂ ਚਾਰ ਪੀਸ ਕਰਨੇ ਆ ਇਹਦੇ ਵਿੱਚੋਂ ਜਿਹੜੇ ਬੀਜ ਆਲੇ ਪਾੜੇ ਅਸੀਂ ਉਹਨੂੰ ਅਲੱਗਾ ਕਰ ਲੈਨੇ ਆ ਬੀਜ ਜਿਹੜੇ ਨੇ ਅਸੀਂ ਉਹਨਾਂ ਨੂੰ ਕੱਢ ਲੈਨੇ ਆ ਤੇ ਕਿਚਨ ਦੇ ਵਿੱਚ ਮੌਜੂਦ ਚੀਜ਼ਾਂ ਦੇ ਨਾਲ ਹੀ ਜਿਹੜੇ ਅਸੀਂ ਆਲੂ ਤੇ ਚਿਕਨ ਦੇ ਜਿਹੜੇ ਕਬਾਬ ਨੇ ਅਸੀਂ ਬਣਾਨੇ ਆ ਸ਼ਿਮਲਾ ਮਰਜ਼ਦੇ ਬੀਜ ਅਸੀਂ ਕੱਢ ਲੈਨੇ ਤੇ ਬਰੀਕ ਬਰੀਕ ਅਸੀਂ ਇਹਦੀ ਜਿਹੜੀ ਕਟਿੰਗ ਹੈ ਅਸੀਂ ਕਰ ਲਈਨੇ ਆ ਸ਼ਿਵ ਲੰਮਰਤੀ ਦੀ ਅਸਾਂ ਕਟਿੰਗ ਕਰ ਲਈਏ ਤੇ ਤਿੰਨ ਸਾਡੇ ਕੋਲ ਲਸਣ ਦੀਆਂ ਕੱਲੀਆਂ ਨੇ ਅਸਾਂ ਉਹਨਾਂ ਨੂੰ ਵੀ ਛਿੱਲ ਲਿਆ ਛਿਲਕੇ ਅਸੀਂ ਇਹਨੂੰ ਬਰੀਕ ਬਰੀਕ ਜਿਹੜਾ ਚਾਹੋ ਪਏ ਅਸੀਂ ਕਰ ਲੈਨੇ ਆਂ ਇੱਕ ਬੋਲ ਅਸੀਂ ਲੀ ਲੈਨੇ ਆਂ ਤੇ ਬੋਲ ਦੇ ਵਿੱਚ ਅਸੀਂ ਪਾਣੀ ਪਾ ਲੈਨੇ ਆਂ ਤੇ ਇੱਕ ਕਟਰ ਲੈ ਕੇ ਉਹਦੇ ਨਾਲ ਜਿਹੜੇ ਆਲੂ ਨੇ ਅਸੀਂ ਇਹਨਾਂ ਨੂੰ ਕद्दूकस ਕਰ ਲੈਨੇ ਆਂ ਆਲਵਾ ਨੂੰ ਤੁਸਾਂ ਪਾਣੀ ਦੇ ਵਿੱਚ ਕद्दूकस ਕਰਨਾ ਹੈ ਨੇ ਤੇ ਆਲੂ ਜਿਹੜੇ ਨੇ ਕਾਲੇ ਹੋ ਜਾਂਦੇ ਤੇ ਇਸ ਵਜ੍ਹਾ ਤੋਂ ਅਸੀਂ ਪਾਣੀ ਦੇ ਵਿੱਚ ਅਸੀਂ ਇਹਨਾਂ ਨੂੰ ਕद्दूकस ਕਰਾਂਦੇ ਆਲੂ ਅਸੀਂ ਕਦੂਕਾਸ਼ ਕਰ ਲੈਨੇ ਵੇਖ ਸਕਦੇ ਹੋ ਤੇ ਪਾਣੀ ਜਿਹੜਾ ਦੋ ਤੋਂ ਤਿੰਨ ਪਾਣੀ ਅਸੀਂ ਇਹਨਾਂ ਨੂੰ ਸਹੀ ਤਰ੍ਹਾਂ ਧੋਨਿਆ ਧੋ ਕੇ ਤੇ ਪਾਣੀ ਅਸੀਂ ਇਹਨਾਂ ਦਾ ਨਿਚੋੜ ਲੈਨੇ ਆ ਤੇ ਜਿਹੜੀਆਂ ਗਾਜਰਾਂ ਨੇ ਅਸੀਂ ਉਹਨਾਂ ਨੂੰ ਵੀ ਕਦੂਕਾਸ਼ ਕਰ ਲੈਨੇ ਆ ਗਾਜਰਾ ਨੂੰ ਵੀ ਅਸਾਂ ਕਦੋਂ ਕਾਸ਼ ਕਰ ਲਿਆ ਤੇ ਚੁੱਲੇ ਦੇ ਤੇ ਅਸਾਂ ਇੱਕ ਕੜਾਈ ਰੱਖ ਲਈ ਕੜਾਈ ਦੇ ਵਿੱਚ ਦੋ ਤੋਂ ਤਿੰਨ ਖਾਣੇ ਵਾਲੇ ਚਮਚ ਜਿਹੜੇ ਨੇ ਅਸੀਂ ਆਇਲ ਦੇ ਪਾ ਲੈਨੇ ਆ ਆਇਲ ਸਾਡਾ ਗਰਮ ਹੁੰਦਾ ਹੈ ਤੇ ਜਿਹੜਾ ਅਸਾਂ ਲਸਣ ਕੋਲ ਰੱਖਿਆ ਸਾਰਨਾ ਪਹਿਲਾਂ ਉਹਦਾ ਚਮਚ ਅਸੀਂ ਜ਼ੀਰੇ ਦਾ ਪਾਨੇ ਆ ਜ਼ੀਰਾ ਸਾਡਾ ਜ਼ਰਾ ਕਰੋਸਟ ਹੁੰਦਾ ਹੈ ਇਹਦੀ ਖੁਸ਼ਬੂ ਲੱਗ ਪੈਂਦੀ ਏ ਜ਼ੀਰੇ ਦੀ ਤੇ ਜਿਹੜਾ ਲਸਣ ਹੈ ਸਾਡੇ ਕੋਲ ਅਸਾਂ ਚਾਬ ਕਰਕੇ ਰੱਖਿਆ ਆ ਉਹ ਵੀ ਅਸੀਂ ਪਾ ਦਿੰਨੇ ਆ ਪਾ ਕੇ ਤੇ ਅਸੀਂ 1 ਮਿੰਟ ਵਾਸਤੇ ਅਸੀਂ ਇਹਨੂੰ ਰੋਸਟ ਕਰਾਂਦੇ ਇਹਦਾ ਕਲਰ ਜਿਹੜਾ ਹੈ ਚੇਂਜ ਹੋ ਜਾਵੇ ਖੁਸ਼ਬੂ ਜਿਹੜੀ ਆ ਹੁਣ ਲੱਗ ਪਵੇ ਲਸਣ ਦੀ ਵੀ ਤੇ ਜ਼ੀਰੇ ਦੀ ਵੀ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਆਲੂ ਨੇ ਅਸੀਂ ਵਿੱਚ ਪਾ ਦਿੰਨੇ ਆ ਪਾ ਕੇ ਤੇ ਇਹਨਾਂ ਨੂੰ 2 ਤੋਂ 3 ਮਿੰਟ ਵਾਸਤੇ ਜਿਹੜਾ ਅਸੀਂ ਇਹਨਾਂ ਨੂੰ ਪੁਣਾ ਦੇ ਪਾਣੀ ਜਿਹੜਾ ਅਸੀਂ ਇਹਨਾਂ ਦਾ ਸਹੀ ਤਰ੍ਹਾਂ ਸਖਸ਼ਕ ਕਰ ਲਿਆ ਹੈ ਪਾਣੀ ਸਹੀ ਖੁਸ਼ਕ ਹੋਇਆ ਤੇ ਫਿਰ ਸਹੀ ਤਰ੍ਹਾਂ ਇਹ ਫਰਾਈ ਹੋਣ ਦੇ ਸਹੀ ਤਰ੍ਹਾਂ ਪੁੱਜ ਜਾਂਦੇ ਤੇ ਜਿੰਨੀ ਦੇਰ ਇਹਨਾਂ ਦਾ ਕਲਰ ਨਹੀਂ ਚੇਂਜ ਹੁੰਦਾ ਅਸੀਂ ਹੁੰਦੇ ਰਹਿ ਇਹਨਾਂ ਨੂੰ ਪੁਣਾ ਦੇ ਦੋ ਤੋਂ ਤਿੰਨ ਮਿੰਟ ਹੋ ਗਏ ਨੇ ਸਾਨੂੰ ਆਲੂਆਂ ਨੂੰ ਭੁੰਨਦਿਆਂ ਤੇ ਜਿਹੜੀ ਗਾਜਰ ਵੀ ਅਸੀਂ ਕਦੂਕਾਸ਼ ਰਖੀ ਕਰਕੇ ਅਸੀਂ ਗਾਜਰ ਵੀ ਪਾ ਲੈਨੇ ਆ ਪਾ ਕੇ ਤੇ ਅਸੀਂ ਇਹਨੂੰ 2 ਮਿੰਟ ਬਾਅਦ ਅਸੀਂ ਗਾਜਰ ਨੂੰ ਵੀ ਭੁੰਨ ਲੈਨੇ ਆ ਇਹਦਾ ਵੀ ਪਾਣੀ ਜਿਹੜਾ ਖੁਸ਼ਕ ਹੋ ਜਾਵੇ ਇਹਦਾ ਵੀ ਪਾਣੀ ਜਿਹੜਾ ਡਰਾਈ ਹੋ ਜਾਵੇ ਆਲੂ ਤੇ ਜਿਹੜੀ ਗਾਜਰਾਂ ਨੇ ਇਹਨਾਂ ਨੂੰ ਅਸੀਂ 3 ਤੋਂ 4 ਮਿੰਟ ਬਾਅਦ ਜਿਹੜਾ ਅਸੀਂ ਇਹਨਾਂ ਨੂੰ ਭੁੰਨਾ ਦੇ ਆਲੂਆਂ ਸਾ ਪਿਲੂ علیحدਾ ਵੀ ਭੁੰਨੇ ਨੇ ਤੇ ਉਹਨਾਂ ਗਾਜਰਾਂ ਵਿੱਚ ਪਾ ਕੇ ਤੇ ਇੰਤੋਂ 4 ਮਿੰਟ ਬਾਅਦ ਅਸੀਂ ਇਹਨਾਂ ਨੂੰ ਪੁੰਨਨੇ ਆ ਇਹਨਾਂ ਦਾ ਪਾਣੀ ਜਿਹੜਾ ਵੇ ਉਹ ਖੁਸ਼ਕ ਹੋ ਜਾਵੇ ਤੇ ਵੇਖ ਸਕਦੇ ਹੋ ਇਹਨਾਂ ਦਾ ਕਲਰ ਚੇਂਜ ਹੋ ਗਿਆ ਤੇ ਜਿਹੜੀ ਸ਼ਿਮਲਾ ਮਰਚਾਂ ਸਾਂ ਕੋਲ ਕੱਟ ਕੇ ਰੱਖੀ ਐ ਅਸੀਂ ਸ਼ਿਮਲਾ ਮਰਚ ਵੀ ਪਾ ਲੈਨੇ ਆ ਤੇ ਸ਼ਿਮਲਾ ਮਰਚ ਜਿਹੜੀ ਐ ਅਸੀਂ ਬਾਅਦ ਚ ਪਾਵਾਂਦੇ ਜਿਹੜੀ ਇਹ फटाफट गल ਜਾਂਦੀ ਏ ਤੇ ਸ਼ਿਮਲਾ ਮਰਚ ਨੂੰ ਅਸੀਂ ਬਾਅਦ ਦੇ ਵਿੱਚ ਪਹਿਲੂ ਦੋਵੇਂ ਚੀਜ਼ਾਂ ਨੂੰ ਇਹਨਾਂ ਨੂੰ ਭੁੰਨ ਕੇ ਇਹਨਾਂ ਨੂੰ ਫਰਾਈ ਕਰਕੇ ਤੇ ਸ਼ਿਮਲਾ ਮਰਚ ਜਿਹੜੀ ਐ ਬਾਅਦ ਵਿੱਚ ਅਸੀਂ ਪਾਵਾਂਦੇ ਤੇ ਤਿੰਨ ਤੋਂ 4 ਮਿੰਟ ਹੋ ਗਏ ਨੇ ਇਹਨਾਂ ਨੂੰ ਭੁੰਨਦੇ ਆ ਤੇ ਜਿਹੜਾ ਅਸਾਂ ਚਿਕਨ ਬਾਲਿਆ ਸੀ ਚਿਕਨ ਦੀ ਜਿਹੜੀ ਯਖਣੀ ਬਚੀ ਸੀ ਇੱਕ ਗਲਾਸੜ ਕੋ ਯਖਣੀ ਦਾ ਉਹਨੂੰ ਅਸਾਂ ਜ਼ਾਇਆ ਨਹੀਂ ਕੀਤਾ ਉਹਨੂੰ ਅਸਾਂ ਵਿੱਚ ਹੀ ਪਾਇਆ ਤੇ ਇੱਕ ਗਲਾਸ ਅਸਾਂ ਸਾਦਾ ਪਾਣੀ ਪਾਇਆ ਪਾ ਕੇ ਤੇ ਜਿਹੜੇ ਨਮਕ ਮਿਰਚ ਮਸਾਲੇ ਨੇ ਉਹ ਅਸੀਂ ਹੁਣ ਪਾਣੇ ਆ ਮਸਾਲੇ ਅਸਾਂ ਪਹਿਲੂ ਇਸ ਤੋਂ ਨਹੀਂ ਪਾਏ ਕਿ ਮਸਾਲੇ ਜਿਹੜੇ ਨੇ ਸੜ ਜਾਨੇ ਸਨ ਤੇ ਅਸਾਂ ਇਸ ਵਜ੍ਹਾ ਤੋਂ ਅਸਾਂ ਮਸਾਲੇ ਹੁਣ ਵਿੱਚ ਪਾਣ ਲੱਗੇ ਆ ਅੱਧਾ ਚਮਚ ਅਸੀਂ ਪਾਣੇ ਆ ਨਮਕ ਦਾ ਅੱਧਾ ਚਮਚ ਜੀ ਪਾਣਿਆ ਕਾਲੀਆਂ ਮਿਰਚਾਂ ਦਾ ਅੱਧਾ ਚਮਚ ਪਾਣਿਆ ਗਰਮ ਮਸਾਲੇ ਦਾ ਤੇ 1 ਚਮਚ ਭਰ ਕੇ ਸੀ ਪਾਣਿਆ ਕਟੀਆਂ ਲਾਲ ਮਿਰਚਾਂ ਦਾ ਜਿਹੜੀਆਂ ਪੀਸੀਆਂ ਮਿਰਚਾਂ ਨੇ ਅਸਾਂ ਉਹਨਾਂ ਦਾ ਇਸਤੇਮਾਲ ਨਹੀਂ ਕਰਨਾ ਅਸਾਂ ਕਟੀਆਂ ਮਿਰਚਾਂ ਤੇ ਕਾਲੀ ਮਿਰਚ ਦਾ ਇਸਤੇਮਾਲ ਜਿਹੜਾ ਜ਼ਿਆਦਾ ਕੀਤਾ ਤੇ 1 ਚਮਚ ਭਰ ਕੇ ਸੀ ਪਾਣਿਆ ਸੁੱਕਾ ਪੀਸਿਆ ਧਨੀਆ ਤੇ ਅੱਧਾ ਜਮਮਚ ਅਸੀਂ ਪਾ ਦਿੰਨੇ ਆ ਜੁਵੈਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਤੇ ਅਸੀਂ ਮਿਕਸ ਕਰਨੇ ਆ ਮਿਕਸ ਕਰਕੇ ਤੇ ਇਹਦਾ ਟੱਕਣ ਜਿਹੜਾ ਅਸੀਂ ਬੰਦ ਕਰ ਦਿੰਨੇ ਆ ਜਿੰਨੀ ਦੇ ਤੱਕ ਬਾਲਾ ਨਹੀਂ ਆਉਂਦਾ ਇਹਦਾ ਟੱਕਣਾ ਅਸੀਂ ਬੰਦ ਕਰਨੇ ਆ ਤੇ ਅਗਲਾ ਸਟੈਪ ਜਿਹੜਾ ਅਸੀਂ ਵੇ ਦੱਸਾਂ ਨੇ ਇਹਦੀ ਬੈਂਡਿੰਗ ਜਿਹੜੀ ਇਹ ਟਿਕੀਆਂ ਦੀ ਅਸਾਂ ਕਿਸਰਾ ਕਰਨੀ ਹੈ ਬਾਲਾ ਆ ਗਿਆ ਵੇ ਸਾਡੇ ਇਹਦੇ ਵਿੱਚ ਇੱਕ ਚਮਚ ਅਸੀਂ ਪਾਵਾਂਦੇ ਸੋਇਆ ਸੌਸ ਦਾ ਤੇ ਇੱਕ ਚਮਚ ਅਸੀਂ ਪਾਵਾਂਦੇ ਸਿਰਕੇ ਦਾ ਸਿਰਗਾ ਤੇ ਸੋਇਆ ਸੌਸ ਪਾਉਣ ਦੇ ਨਾਲ ਜਿਹੜੀਆਂ ਸ਼ਾਮੀਆਂ ਨੇ ਜਿਹੜੇ ਆਲੂ ਦੀਆਂ ਟਿੱਕੀਆਂ ਨੇ ਇਹਨਾਂ ਦਾ ਬੜਾ ਜ਼ਿਆਦਾ ਮਜ਼ਾ ਹੋ ਜਾਣਾ ਹੈ ਤੇ ਇਹਨਾਂ ਨੂੰ ਅਸੀਂ ਮਿਕਸ ਕਰਨੇ ਆ ਤੇ ਮਿਕਸ ਕਰਕੇ ਅਗਲੀ ਚੀਜ਼ ਜਿਹੜੀ ਏ ਇੱਕ ਕੱਪ ਸਾਢੇ ਕੋ ਸੂਜੀ ਦੀ ਏ ਸੂਜੀ ਜਿਹੜੀ ਏ ਅਸੀਂ ਪਾਨੇ ਆ ਪਾ ਕੇ ਤੇ مسلسل ਚਮਚਾ ਜਿਹੜਾ ਅਸਾਂ ਚਲਾਨਿਆ ਰਹਿਣਾ ਹੱਥ ਨੂੰ ਰੋਕਣਾ ਨਹੀਂ ਹੈ ਕਿ ਜਿਹੜੀਆਂ ਸੂਜੀ ਦੀਆਂ ਗੁੱਟਲੀਆਂ ਨੇ ਉਹ ਬਣ ਜਾਣ ਅਸਾਂ مسلسل ਚਮਚਾ ਜਿਹੜਾ ਚਲਾਨਿਆ ਰਹਿਣਾਵੇਂ ਅਸਾਂ ਇਹਨਾਂ ਨੂੰ ਪਕਾਣਾ ਹੈ ਕਿ ਜਿਹੜਾ ਇਹਦਾ ਪਾਣੀ ਹੈ ਖੁਸ਼ਕ ਹੋ ਜਾਵੇ ਤੇ ਬਿਲਕੁਲ ਡਰਾਈ ਹੋ ਜਾਵੇ ਤੇ ਵੇਖਦੇ ਹੋ ਤੱਕਦੇ ਹੋ ਪਾਣੀ ਜਿਹੜਾ ਖੁਸ਼ਕ ਹੋਣ ਦੇ ਆਵੇ ਖੁਸ਼ਕ ਹੋਂਦੀ ਸਾਈਡ ਤੇ ਆਉਂਦੇ ਆਵੇ ਇਹ ਮਿਕਸਚਰ ਤੁਹਾਨੂੰ ਉਦੋਂ ਤਿਆਰ ਹੋਣਾ ਜਦੋਂ ਇਹ ਬਰਤਨ ਨੂੰ ਛੱਡਣਾ ਸ਼ੁਰੂ ਕਰ ਦੇਵੇ ਬਰਤਨ ਬਿਲਕੁਲ ਸਾਫ਼ ਹੋਣਾ ਸ਼ੁਰੂ ਹੋ ਜਾਵੇ ਮਿਕਸਚਰ ਜਿਹੜਾ ਹੈ ਇਕੱਠਾ ਹੋਣਾ ਸ਼ੁਰੂ ਹੋ ਜੇ ਤੇ ਉਦੋਂ ਤੁਸੀਂ ਸਮਝ ਲੈਣਾ ਕਿ ਬਿਲਕੁਲ ਤਿਆਰ ਹੈ ਦੇਖ ਸਕਦੇ ਹੋ ਇਕੱਠਾ ਹੋਣਾ ਸ਼ੁਰੂ ਹੋ ਗਿਆ ਬਰਤਨ ਨੂੰ ਛੱਡਦਾ ਪਿਆ ਇਨੂੰ ਅਸਾਂ ਇੱਕ ਖੁੱਲੇ ਬਰਤਨ ਦੇ ਵਿੱਚ ਪਾ ਲਿਆ ਪਾ ਕੇ ਤੇ ਅਸਾਂ ਇਹਨੂੰ ਠੰਡਾ ਕਰ ਲਿਆ ਸਹੀ ਤਰ੍ਹਾਂ ਠੰਡਾ ਕਰ ਸਹੀ ਤਰ੍ਹਾਂ ਸੇ ਇਹਨੂੰ ਠੰਡਾ ਕਰ ਲਿਆ ਤੇ ਠੰਡਾ ਕਰਕੇ ਤੇ ਸਬਜ਼ ਕਟਿਆ ਧਨੀਆ ਅਸਾਂ ਪਾ ਲਿਆ ਤੇ ਜਿਹੜਾ ਚਿਕਨ ਦੇ ਸਾਰੇ ਸ਼ੀਕਰ ਕਰਕੇ ਰੱਖੇ ਸਨ ਅਸਾਂ ਉਹ ਵੀ ਪਾ ਲਏ ਨੇ ਪਾ ਕੇ ਤੇ ਇਹਨੂੰ ਹੱਥਾਂ ਦੀ ਮਦਦ ਦੇ ਨਾਲ ਅਸੀਂ ਸਹੀ ਤਰ੍ਹਾਂ ਸੀ ਮਿਕਸ ਕਰ ਲੈਨੇ ਆ ਚਿਕਨ ਅਤੇ ਧਨੀਆ ਜਿਹੜਾ ਸਾਡਾ ਸਹੀ ਤਰ੍ਹਾਂ ਮਿਕਸ ਹੋ ਜਾਵੇ ਮਿਕਸ ਹੋ ਗਿਆ ਹੈ ਤੇ ਅਥਾਨੋ ਸਿਗਾਇਲ ਲਾ ਲੈਨੇ ਆ ਆਇਲ ਲਾ ਕੇ ਤੇ ਜਿਹੜੀਆਂ ਟਿੱਕੀਆਂ ਨੇ ਜਿਹੜੇ ਕਟਲਸ ਨੇ ਅਸੀਂ ਬਣਾਨੇ ਆ ਸਾਰੇ ਅਸੀਂ ਇੰਜੀ ਬਣਾਨੇ ਆ ਵੇਖ ਸਕਦੇ ਹੋ ਮਾਸ਼ਾਅੱਲਾ ਕਿੰਨੇ ਖੂਬਸੂਰਤ ਬਣੰਦੇ ਨੇ ਸਾਰੇ ਆ ਸਾਂ ਆਲੂ ਦੇ ਕਬਾਬ ਜਿਹੜੇ ਨੇ ਸਭ ਬਣਾ ਲਏ ਨੇ ਵੇਖ ਸਕਦੇ ਹੋ ਦੋ ਆਲੂ ਤੇ ਥੋੜੇ ਸਾਰੇ ਚਿਕਨ ਦੇ ਨਾਲ ਢੇਰ ਸਾਰੇ ਕਬਾਬ ਜਿਹੜੇ ਨੇ ਬਣੇ ਨੇ ਤੇ ਚੁੱਲੇ ਦੇ ਉੱਤੇ ਸਾਂ ਇੱਕ ਪੈਨ ਰੱਖ ਲਿਆ ਵੇ ਉਹਦੇ ਵਿੱਚ ਅਸੀਂ ਔਇਲ ਪਾ ਲੈਨੇ ਆ ਆਇਲ ਜਿਹੜਾ ਤੁਸੀਂ ਜ਼ਿਆਦਾ ਨਹੀਂ ਪਾਣਾ ਬਸ ਦੋ ਤੋਂ ਤਿੰਨ ਚਮਚ ਜਿਹੜੇ ਨੇ ਖਾਣੇ ਵਾਲੇ ਤੁਸੀਂ ਆਇਲ ਦੇ ਪਾਣੇ ਨੇ ਘਾਟਾ ਆਇਲ ਦੇ ਵਿੱਚ ਜਿਹੜਾ ਅਸੀਂ ਇਹਨਾਂ ਨੂੰ ਜਿਹੜਾ ਫਰਾਈ ਕਰਾਂਦੇ ਤੇ ਇੱਕ 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 ਕਰਕੇ ਅਸੀਂ ਸਾਰੇ ਜਿਹੜੇ ਕਬਾਬ ਨੇ ਅਸੀਂ ਇੰਜ ਹੀ ਫਰਾਈ ਕਰਾਂਦੇ ਤੇ ਘੱਟ ਖਰਚੇ ਦੇ ਨਾਲ ਢੇਰ ਸਾਰੇ ਜਿਹੜੇ ਆਲੂ ਦੇ ਤੇ ਚਿਕਨ ਦੇ ਕਬਾਬ ਨੇ ਢੇਰ ਸਾਰੇ ਬਣ ਜਾਂਦੇ ਨੇ ਦੋ ਆਲੂ ਤੇ ਥੋੜੇ ਸਾਰੇ ਚਿਕਨ ਦੇ ਨਾਲ ਢੇਰ ਸਾਰੇ ਕਬਾਬ ਜਿਹੜੇ ਨੇ ਮਹਿਮਾਨ ਆਉਣ ਤੇ फटाफट ਤੁਸੀਂ ਵੀ ਬਣਾਇਆ ਕਰੋ ਇਹਨਾਂ ਨੂੰ ਫਰਾਈ ਹੁੰਦਿਆਂ ਨੂੰ 2 ਤੋਂ 3 ਮਿੰਟ ਹੋ ਗਏ ਨੇ ਇੱਕ ਸਾਈਡ ਤੋਂ ਤੇ ਵੇਖ ਸਕਦੇ ਹੋ ਕਿੰਨਾ ਅੱਛਾ ਕਲਰ ਹੈ ਤੇ ਕ੍ਰਿਸਪੀ ਕ੍ਰਿਸਪੀ ਹੋ ਗਏ ਨੇ ਅਸੀਂ ਜਿਹੜੀ ਇਹਨਾਂ ਦੀ ਸਾਈਡ ਜਿਹੜੀ ਹੈ ਅਸੀਂ ਚੇਂਜ ਕਰਨੇ ਆ ਕਬਾਬ ਜਿਹੜੇ ਨੇ ਮਾਸ਼ਾਅੱਲਾ ਸਾਡੇ ਦੋਵਾਂ ਸਾਈਡਾਂ ਤੋਂ ਫਰਾਈ ਹੋ ਗਏ ਨੇ ਤੇ ਅਸੀਂ ਹੁਣ ਇਹਨਾਂ ਨੂੰ ਬਰਤਨ ਦੇ ਵਿੱਚ ਕੱਢ ਲੈਨੇ ਆ ਤੇ ਬਾਕੀ ਦੇ ਜਿਹੜੇ ਨੇ ਉਹ ਵੀ ਅਸੀਂ ਇੰਜੀ ਫਰਾਈ ਕਰ ਲੈਨੇ ਆ ਕਬਾਬ ਜਿਹੜੇ ਨੇ ਮਾਸ਼ਾਅੱਲਾ ਸਭ ਬਣਾ ਲੈਨੇ ਬਣਾ ਕੇ ਸਾਂ ਤਿਆਰ ਕਰ ਲੈਨੇ ਤੇ ਨਾਲ ਅਸੀਂ ਦਹੀਂ ਤੇ ਧਨੀਆ ਪਦੀਨੇ ਦੀ ਅਸੀਂ ਚਟਨੀ ਬਣਾਈ ਏ ਤੁਸੀਂ ਬਣਾਓ ਟਰਾਈ ਕਰੋ ਜੇ ਸਾਡੀ ਰੈਸਪੀ ਤੁਹਾਨੂੰ ਪਸੰਦ ਆਏ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਤੁਹਾਡੀ ਗੇ ਰਿਕੁਐਸਟ ਹੈ ਕਿ ਸਾਡੀ ਵੀਡੀਓ ਨੂੰ ਪੂਰੀ ਨੂੰ ਵਾਚ ਕਰੋ ਤੇ ਜਿਹੜੇ ਸਾਡੇ ਚੈਨਲ ਤੇ ਸਾਡੇ ਨਵੇਂ ਪੈਮਪਰਾ ਆਉਣ ਵਾਲੇ ਨੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨ ਤੇ ਵੀਡੀਓ ਸਾਡੀ ਨੂੰ ਪੂਰੀ ਨੂੰ ਵਾਚ ਕਰਨ ਤੇ ਸਾਨੂੰ ਤੇ ਸਾਡੇ ਕੈਮਰਾਮੈਨ ਨੂੰ ਇਜਾਜ਼ਤ ਦਿਓ ਆਪਣੀਆਂ ਦੁਆਵਾਂ ਚ ਯਾਦ ਰੱਖੋ ਤੇ ਠੀਕ ਅੱਲਾਹ ਹਾਫਿਜ਼